ਪਾਕਿਸਤਾਨ ਦੇ ਵਿੱਚ ਆਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ ਪਰ ਇਸੇ ਵਿਚਾਲੇ ਬਲੋਚਿਸਤਾਨ ਦੇ ਕੋਟਾ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਜਿਸ ਦੇ ਵਿੱਚ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ ਕਈ ਹੋਰ ਲੋਕ ਜ਼ਖਮੀ ਹੋਏ ਨੇ ਪਾਕਿਸਤਾਨੀ ਮੀਡੀਆ ਦੇ ਮੁਤਾਬਕ ਕਰੀਬ ਸਵੇਰੇ 11 ਵਜੇ ਇਹ ਬੰਬ ਬਲਾਸਟ ਹੋਇਆ ਇਸ ਬੰਬ ਧਮਾਕੇ ਦੇ ਬਾਅਦ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਬਲਾਸਟ ਦੇ ਬਾਹਰ ਇੱਥੇ ਤਬਾਹੀ ਮਚ ਗਈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ